ਮਮੀ ਸਭ ਕੈਸਾ ਰੋਜ਼ਾ ਜਾਈ ਰਿਹਾ ਸਰ ਰੋਜ਼ਾ ਬਰਦਸਤ ਜ਼ਬਰਦਸਤ ਜਾਈ ਰਿਹਾ ਜੀ ਆਵਾਜ਼ ਹੀ ਕੋਈ ਨਹੀਂ ਨਿਕਲਣੀ ਸਾਡੀ ਤਾਂ ਜ਼ਬਰਦਸਤ ਤਰ੍ਹਾਂ ਜਾਈ ਰਿਹਾ ਉਹ ਗੱਲਾਂ ਬਿਮਾਰੀ ਹੈਗੀ ਨਾ ਜੀ ਕਿਹੜੀ ਬਿਮਾਰੀ ਦਮੇ ਨਹੀਂ ਵਾਜਦ ਸਾਹਿਬ ਵੀ ਜਨਾਬ ਹਾਜ਼ਰ ਹੋਈ ਗਿਆ ਅੱਜ ਵਾਜਦ ਸਾਹਿਬ ਖੈਰੀਅਤ ਹੈ ਚਲੋ ਰੋਜ਼ੇ ਤੋਂ ਬਾਅਦ ਸਾਨੂੰ ਮੁਲਾਕਾਤ ਕਰਨੇ ਆ ਫਿਰ ਫਿਲਹਾਲ ਹੀ ਨਾ ਭਾਈ ਹੋਰਾਂ ਨੇ ਇੰਟਰਵਿਊ ਕੀਤੀ ਨਾ ਅੱਛਾ ਜੀ ਕਿਹੜਾ ਸਟਾਈਲ ਹੈ ਸਾਨੂੰ ਇਹ ਦੇਸੀ ਸਟਾਈਲ ਹੈ ਦੇਸੀ ਕਿਆ ਜਟਕੀ ਸਟਾਈਲ ਜੀ ਬਿਲਕੁਲ ਚਲੋ ਰੋਜ਼ਾ ਇਫਤਾਰ ਕਰੀ ਕੇ ਨਾ ਫਿਰ ਕਰਨੇ ਆ ਬਿਲਕੁਲ ਫਿਰ ਸਾਨੂੰ ਦੋ ਦੋ ਹੱਥ ਕਰਨੇ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਵੈਲਕਮ ਬੈਕ ਟੂ ਅਨਦਰ ਵੀਡੀਓ ਆਫ ਰਮਦਾਨ ਅੱਜ 7 ਰਮਜ਼ਾਨ ਉਲ ਮੁਬਾਰਕ ਹੈ ਔਰ ਇਫਤਾਰੀ ਸੀ ਭਾਈ ਸਰਫਰਾਜ਼ ਸਾਹਿਬ ਹੋਰਾਂ ਦੀ ਤਰਫੋਂ ਜਿਹੜਾ ਕਿ ਸਾਡੀ ਟੀਮ ਨੇ ਕਿੱਸਾ ਇਹ ਲਾਡਲੇ ਸਾਡੇ ਸਰਫਰਾਜ਼ ਸਾਹਿਬ ਹੋਰਾਂ ਦੱਸਣੇ ਆ ਗਏ ਕਿਹੜੇ ਸਰਫਰਾਜ਼ ਸਾਹਿਬ ਹੋਰ ਸੋਚਿਆ ਕਿ ਚਲੋ ਨਾਲ ਨਾਲ ਵਲੋਗ ਵੀ ਹੋ ਜਾਸੀ ਔਰ ਨਾਲ ਨਾਲ ਚਲੋ ਇਫਤਾਰ ਪਾਰਟੀ ਵੀ ਹੋ ਜਾਸੀ ਹੈ ਜੱਟ ਸਾਹਿਬ ਅੱਗੇ ਸਾਨੂੰ ਤਾਰੁਫ ਕਰਵਾਈ ਚੁੱਕੇ ਹਾਂ ਨਹੀਂ ਨਹੀਂ ਜੱਟ ਸਾਹਿਬ ਔਰ ਜਨਾਬ ਰਮੀਜ਼ ਜੱਟ ਸਾਹਿਬ ਸਾਡੇ ਨਾਲ ਮੌਜੂਦ ਹੈ ਔਰ ਨਮਾਜ਼ ਸਮਾਜ ਪੜ੍ਹੀ ਆਏ ਪਹਿਲੇ ਤਾਂ ਇਹਨਾਂ ਕੋਲ ਬੋਲਣ ਕੋਈ ਹੋਣਾ ਸਾ ਤਾਂ ਹੁਣ ਮੈਨੂੰ ਲੱਗਣਾ ਕੋਈ ਟਰਾਈ ਕਰਨੇ ਅਗਰ ਬੋਲੀ ਪਏ ਤਾਂ ਹਾਂਜੀ ਰਮੀਜ਼ ਸਾਹਿਬ ਅਸਲਾਮ ਅਲੈਕੁਮ ਨਾਉ ਸੇ ਜੀ ਠੀਕ ਹੋਈ ਜੀ ਅੱਲਾ ਸ਼ੁਕਰ ਹੈ ਜੀ ਜੀ ਲਗਾ ਕੇ ਤਾਂ ਬੋਲਣੇ ਕੋਣ ਸੀ ਹੁਣ ਇਫਤਾਰੀ ਸ਼ਫਤਾਰੀ ਕਰੀ ਸਹੀ ਹੋਈ ਜ਼ਾਰੀ ਗੱਲ ਹੈ ਪੇਟ ਪੂਜਾ ਕਰੀ ਥੋੜੀ એનર્ਜੀ ਆਏਗੀ ਨਾ ਤੂੰ ਜਾਇ ਸ਼ਿੰਜਾ ਸ਼ਿੰਜਾ ਨਹੀਂ ਹੈ ਕਿ ਜ਼ਾਰੀ ਗੱਲ ਹੈ ਚਾਵਲ ਵੀ ਪਏ ਮੇਰਾ ਤੱਕੋ ਨਾ ਬਿਲਕੁਲ ਇਨਸ਼ਾਅੱਲਾ ਹਾਂ ਜੀ ਸਰਫਰਾਜ਼ ਸਾਹਿਬ ਇਹ ਕਿਆ ਕਰੀ ਰਿਹਾ ਪੁੱਠਾ ਉਹਨਾਂ ਨਾ ਕਰੋ ਰੋਜ਼ਾ ਕੀ ਹੈ ਤੇ ਗੁਜ਼ਰਿਆ ਮਾੜਾ ਨਹੀਂ ਹੁਣ ਦੱਸੋ ਉਹਨਾਂ ਨਾ ਹੁਣ ਇਹ ਕਿਆ ਕਰ ਰਹੇ ਪਿਓ ਸਰਫਰਾਜ਼ ਸਾਹਿਬ ਕੀ ਕਰੀ ਰਹੇ ਹੋ ਕਿਹੜੇ ਮੌਲਵੀ ਹੋਰਾਂ ਕੀ ਅਦੀਬ ਸਾਹਿਬ ਹੋਰ ਕਿਹੜੇ ਅੱਛਾ ਦੇ ਮੌਲਵੀ ਸੁਬਹ ਸ਼ਾਮ ਰੋਜ਼ ਰੱਖੀ